ਹਾਂਜੀ ਸਤਿ ਸ੍ਰੀ ਜੀ ਸਾਰਿਆਂ ਨੂੰ ਤੇ ਲੋ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਤੇ ਆਹ ਦੇਖ ਲਓ ਆਪਣਾ ਜੌਂ ਡੀਅਰ ਹੋ ਗਿਆ ਸੀਗਾ ਬਿਲਕੁਲ ਰੇਡੀ ਸੁਪਰ ਸੀਡਰ ਵਾਸਤੇ, ਤੇ ਅੱਜ ਸ਼ਾਮ ਨੂੰ ਕਰਦੇ ਹਾਂ ਇਹਦੀ ਟੈਸਟਿੰਗ ਬਾਹਰ, ਦੇਖਦੇ ਹਾਂ ਕੀ ਨਿਹਾਲ ਕਰਦਾ ਹੈ। ਠੀਕ ਹੈ, 5115 ਐਮ ਆਪਣੇ ਕੋਲ ਜੌਂ ਡੀਅਰ 5115। ਠੀਕ ਹੈ, ਅਤੇ ਉਸਦੇ ਨਾਲ ਸਵਰਾਜ ਅਤੇ ਜਮਾਓਕੇ ਦੀ ਰਿਪੋਰਟ ਹੈ, ਇਹਨੇ ਤਾਂ ਕੱਲ੍ਹ ਬਹੁਤ ਵਧੀਆ ਪਰਫੋਰਮੈਂਸ ਦਿੱਤੀ ਹੈ। ਅਤੇ ਇੱਕ ਵਾਰੀ ਜੌਂ ਡੀਅਰ ਨੂੰ ਵੀ ਕਰਦੀ ਹੈ ਪਿੱਛੇ। ਕਿਰਾਏ ਦਾ ਸੀਨ ਕੁਛ ਇੱਦਾਂ ਕਿ ਮੈਂ ਸੋਚਣ ਦਿਆ ਕਿ ਕੰਪਿਊਟਰ ਕਿਰਾਇਆ ਜਿਹੜਾ ਨਾ ਉਹ ਥੋੜ੍ਹਾ ਜਿਹਾ ਅਪਗ੍ਰੇਡ ਕਰ ਦਈਏ। ਇੱਕ ਤਾਂ ਛੋਟਾ ਬਹੁਤ ਹੈ, ਠੀਕ ਹੈ, ਛੋਟੇ ਤੋਂ ਮੇਰਾ ਮਤਲਬ ਹੈ ਕਿ ਚੌੜਾਈ ਬਹੁਤ ਘੱਟ ਹੈ ਇਹਦੀ। ਆਹ ਦੇਖੋ ਕਿਰਾਏ ਨਾਲੋਂ ਵੀ ਘੱਟ ਇਹਦੀ ਚੌੜਾਈ ਹੈ, ਆਪਣੇ ਟਰੈਕਟਰ ਨਾਲੋਂ ਵੀ ਘੱਟ ਹੈ ਚੌੜਾਈ ਇਹਦੀ। ਅਤੇ ਮੈਂ ਸੋਚਣ ਦਿਆ ਕਿ ਇਹਦੀ ਚੌੜਾਈ ਥੋੜ੍ਹੀ ਜਿਹੀ ਵਧਾ ਦਈਏ ਜਾਂ ਤਾਂ, ਠੀਕ ਹੈ। ਅਤੇ ਵੈਸੇ ਓਵਰਆਲ ਜੇ ਡਿਜ਼ਾਇਨ ਵੇਖੀਏ ਤਾਂ ਜਮਾਂ ਸਹੀ ਹੈ, ਇਹਦੇ 'ਚ ਕੋਈ ਕਮੀ ਨਹੀਂ ਗੀ। ਇਹ ਵੀ ਨਹੀਂ ਗਾ ਕਿ ਪੁਰਾਣਾ ਮਾਡਲ ਹੈ, ਠੀਕ ਹੈ, ਲੇਟੈਸਟ ਮਾਡਲ ਦਾ ਡਿਜ਼ਾਇਨ ਹੈ, ਉਹ ਕੋਈ ਚੱਕਰ ਨਹੀਂ ਗਾ। ਮੇਨ ਬਸ ਇਹ ਚੱਕਰ ਹੈ ਕਿ ਇਹਦੀ ਜਿਹੜੀ ਚੌੜਾਈ ਹੈ ਨਾ ਉਹ ਘੱਟ ਹੈ। ਪਲੈਨ ਚੱਲਣ ਦਿਆ, ਹਜੇ ਕਨਫਰਮ ਕੁਛ ਨਹੀਂ ਗਾ, ਪਰ ਮੈਂ ਪਹਿਲਾਂ ਤੁਹਾਨੂੰ ਦੱਸ ਦੇਣਾ ਕਿ ਮੌਕੇ 'ਤੇ ਪਲੈਨ ਚੱਲਣ ਦਿਆ ਕਿ ਹੋ ਸਕਦਾ ਹੈ ਕਿ ਆਪਾਂ ਕੁਛ ਮਾਡਲ ਸੇਲ ਵਾਸਤੇ ਤਿਆਰ ਕਰੀਏ, ਠੀਕ ਹੈ। ਹਜੇ ਪਲੈਨ ਚੱਲਣ ਦਿਆ, ਐਗਜੈਕਟ ਕੁਛ ਨਹੀਂ ਗਾ ਕਿ ਮੈਂ ਸਵੇਰੇ ਤਿਆਰ ਕਰਕੇ ਵੇਚ ਦੇਵਾਂ, ਆਉਣ ਵਾਲੇ ਵਲੌਗਾਂ 'ਚ ਤੁਹਾਨੂੰ ਪਤਾ ਲੱਗ ਜੂਗਾ ਇਹਦੇ ਬਾਰੇ। ਲਓ ਵੀ ਮੁੰਡਿਓ ਸੀਨ ਇੱਦਾਂ ਕਿ ਆਪਾਂ ਕੰਮ ਕਰਦੇ ਹਾਂ ਆਪਣੇ ਕੰਪਿਊਟਰ ਕਿਰਾਏ 'ਤੇ, ਅਤੇ ਇਹਨੂੰ ਕਰਦੇ ਹਾਂ ਐਕਸਟੈਂਡ, ਠੀਕ ਹੈ, ਦੋਵਾਂ ਪਾਸੋਂ ਕਰ ਦਿੰਦੇ ਹਾਂ ਚੌੜਾ। ਅਤੇ ਉਹਦੇ ਵਾਸਤੇ ਆਹ ਦੇਖੋ ਆਹ ਦੋ ਪਾਰਟ ਜਿਹੜੇ ਆ ਉਹ ਪ੍ਰਿੰਟ ਹੋ ਚੁੱਕੇ ਨੇ, ਇੱਥੇ ਬਸ ਇੰਨਾ ਹੀ ਚੌੜਾ ਕਰਨਾ ਆਪਾਂ, ਠੀਕ ਹੈ। ਦੋਵਾਂ ਪਾਸੇ 25-25 ਐਮ ਐਮ ਵਧਾ ਤਾ ਮੈਂ ਇਹਨੂੰ, ਯਾਨੀ ਟੋਟਲ 50 ਐਮ ਐਮ। ਅਤੇ ਇੰਨੀ ਚੌੜਾਈ ਬਹੁਤ ਆ ਮੇਰੇ ਹਿਸਾਬ ਨਾਲ, ਬਾਹਲਾ ਜ਼ਿਆਦਾ ਵੀ ਚੌੜਾ ਫਿਰ ਕਰਨ ਦਾ ਫਾਇਦਾ ਨਹੀਂ ਗਾ। ਅਤੇ ਬਸ ਇੰਨਾ ਕੋਈ ਐਕਸਟੈਂਡ ਕਰਾਂਗੇ ਆਪਾਂ, ਠੀਕ ਹੈ, ਫਾਇਲ ਕਿਕਣਾ ਲਾ ਦੇਣਾ ਮੈਂ ਅਤੇ ਕਰਕੇ ਅਸੈਂਬਲ, ਅਤੇ ਬਾਅਦ 'ਚ ਪੇਂਟ ਮਾਰ ਦਾਂਗੇ। ਇੱਦਾਂ ਤਾਂ ਬਸ ਇੰਨਾ ਹੀ ਕੰਮ ਹੈ, ਅਤੇ ਉਸਦੇ ਨਾਲ ਇਹਦੇ 'ਤੇ ਜਗਾੜ ਲਾਉਣਾ ਹਜੇ ਮੈਂ, ਉਹ ਦੇਖਣਾ ਪੈਣਾ ਕਿਵੇਂ ਕਰੀਏ ਇਹਦੇ ਵਾਸਤੇ। ਲਓ ਵੀ ਮੁੰਡਿਓ ਸੀਨ ਕੁਛ ਇੱਦਾਂ ਕਿ ਆਪਾਂ ਸੁਹਾਗੇ 'ਤੇ ਕਰਨ ਦਿਆ ਸੀ ਕੰਮ, ਅਤੇ ਇੱਥੇ ਟੈਸਟਿੰਗ ਵਾਸਤੇ ਬਾਹਰ ਲੈ ਕੇ ਆਇਆ ਮੈਂ ਜੌਂ ਡੀਅਰ ਦੇ ਨਾਲ ਸੁਹਾਗਾ। ਮੈਂ ਕਿਹਾ ਚੈੱਕ ਕਰਦੇ ਹਾਂ ਵੀ ਸੁਹਾਗਾ ਸਹੀ ਚੱਲਦਾ ਹੈ, ਇੱਧਰ ਉੱਧਰ ਹਿੱਲਦਾ ਤਾਂ ਨਹੀਂ ਗਾ, ਕਿਉਂਕਿ ਨਾ ਮੈਂ ਸਿੱਧਾ ਸੰਗਲ ਪਾਏ ਨੇ ਹੁੱਕ ਨੂੰ, ਪਰ ਮੈਨੂੰ ਲੱਗਣ ਦਿਆ ਕਿ ਇੱਦਾਂ ਕੰਮ ਚੱਲਣਾ ਨਹੀਂ ਗਾ, ਆਪਾਂ ਨੂੰ ਕੋਈ ਨਾ ਕੋਈ ਹੋਰ ਜੁਗਾੜ ਲਾਉਣਾ ਪੈਣਾ ਇਹਦੇ ਵਿੱਚ। ਆਹ ਤਾਂ ਹਜੇ ਟਰੇਟਰ ਦੀ ਸੈਟਿੰਗ ਕਰਨ ਵਾਲੀ ਹੁੱਕ ਕਾਫੀ ਨੀਵੀਂ ਹੈ ਤਾਂ ਟਰੇਟਰ ਇਹਦਾ ਫਲਿੱਪ ਮਾਰਨ ਦਿਆ। ਵੈਸੇ ਸੁਹਾਗਾ ਵੀ ਕਾਫੀ ਭਰ ਗਿਆ, ਮੈਨੂੰ ਤਾਂ ਇਹ ਸੁਹਾਗੇ 'ਤੇ ਵੇਟ ਰੱਖਣਾ ਪਊਗਾ, ਪਰ ਰੇਤਾ ਜ਼ਿਆਦਾ ਹੈ ਨਾ ਤਾਂ। ਉਹ ਸੀਨ ਕੁਛ ਇੱਦਾਂ ਹੈ ਕਿ ਆਹ ਚੈੱਕ ਕਰੋ ਤੁਸੀਂ ਆਪਣਾ ਕੰਪਿਊਟਰ ਕਿਰਾਇਆ ਜਿਹੜਾ ਕਿ ਹੋ ਗਿਆ ਪਹਿਲਾਂ ਨਾਲੋਂ ਚੌੜਾ। ਅਤੇ ਆਹ ਦੇਖੋ ਜੋੜ ਜੋੜ ਤਾਂ ਚਲੋ ਇੱਦਾਂ ਦਿਖੂਗਾ ਹੀ, ਬਾਕੀ ਜੇ ਮੈਂ ਸਾਰਿਆਂ ਨੂੰ ਪੇਂਟ ਕਰ ਦਿੰਦਾ ਨਾ ਫਿਰ ਇਹ ਵੀ ਜੋੜ ਇੰਨਾ ਜ਼ਿਆਦਾ ਵਿਖਣਾ ਨਹੀਂ ਸੀ, ਪਰ ਮੈਂ ਡਿਜ਼ਾਇਨ ਬਣਾ ਤਾ, ਮੈਂ ਕਿਹਾ ਚੱਲ ਸੋਹਣਾ ਲੱਗਦਾ ਵੇਖਣ 'ਚ। ਦੋਵਾਂ ਸਾਈਡ ਪੇਂਟ ਅੱਡ ਹੈ, ਅਤੇ ਪਿੱਛੇ ਜਿਹੜੀ ਇਹਦੀ ਆਰਮ ਹੈ ਉਹਦੇ ਵਿੱਚ ਵੀ ਪੇਂਟ ਅੱਡ ਕੀਤਾ ਹੋਇਆ। ਬਾਕੀ ਜਿਵੇਂ ਓਕੇ ਦੀ ਰਿਪੋਰਟ ਹੈ, ਚਲਾਵਾਂਗੇ ਆਪਾਂ ਪੈਲੀ 'ਚ, ਉਦੋਂ ਐਗਜੈਕਟ ਪਤਾ ਲੱਗੂਗਾ। ਅਤੇ ਇਹਨੂੰ ਚਲਾਉਣ ਦੀ ਵਾਰੀ ਹਜੇ ਨਹੀਂ ਆਉਂਦੀ, ਮੇਰੇ ਹਿਸਾਬ ਨਾਲ 3-4 ਦਿਨ ਲੱਗ ਜਾਣਗੇ, ਠੀਕ ਹੈ, ਇਹਨੂੰ ਚਲਾਉਣ 'ਚ ਜੇ ਟਾਈਮ ਪਿਆ ਏ। ਅਤੇ ਉਸ ਦੇ ਨਾਲ ਆਹ ਦੇਖੋ ਸੁਹਾਗੇ ਵਾਲਾ ਜਿਹੜਾ ਕੰਮ ਹੈ ਉਹ ਮੈਂ ਇੱਦਾਂ ਦਾ ਕੀਤਾ, ਇੱਥੇ ਜਿਹੜੀ ਪਿੰਨ ਪਹਿਲਾਂ ਇੱਥੇ ਹੁੱਕ 'ਤੇ ਪੈ ਜਾਂਦੀ ਸੀ ਨਾ, ਹੁਣ ਮੈਂ ਇੱਥੇ ਦੋਵਾਂ ਸਾਈਡ ਨਿੱਕੀਆਂ ਨਿੱਕੀਆਂ ਪਿੰਨਾਂ ਬਣਾਤੀਆਂ,
ਤਾਂ ਕਿ ਜਿਹੜਾ ਸਵੱਗ ਹੈ ਇੱਦਾਂ ਡੋਲੇ ਨਾ ਜ਼ਿਆਦਾ। ਠੀਕ ਹੈ, ਬਾਕੀ ਚਲੋ ਅੱਗੇ ਚਲਾ ਕੇ ਦੇਖਾਂਗੇ ਫਿਰ ਐਗਜੈਕਟ ਪਤਾ ਲੱਗੂਗਾ। ਜੌਨ ਡੀਅਰ ਦੇ ਟਾਇਰ ਹਮੇਸ਼ਾ ਪੈਂਚਰ ਹੀ ਰਹਿੰਦੇ ਨੇ, ਇੰਨੇ ਜ਼ਿਆਦਾ ਪਤਲੇ ਨੇ, ਹਮੇਸ਼ਾ ਹੀ ਪੈਂਚਰ ਰਹਿੰਦੇ ਨੇ। ਚਲੋ ਕੋਈ ਚੱਕਰ ਨਹੀਂ, ਅਤੇ ਅੱਜ ਆਪਾਂ ਇਹਦੀ ਟੈਸਟਿੰਗ ਕਰਨੀ ਸੁਪਰ ਸੀਡਰ 'ਤੇ। ਠੀਕ ਹੈ, ਅਤੇ ਅੱਜ ਬਾਹਰ ਜਿਹੜੇ ਵੀਡੀਓ ਸ਼ੂਟ ਕਰਨੀ ਸੀ, ਆਪਾਂ ਸੁਹਾਗਾ ਮਾਰਨਾ ਸੀਗਾ, ਹੋਰ ਇੱਕ ਦੋ ਇੰਪਲੀਮੈਂਟ ਚਲਾਉਣੇ ਸੀ, ਉਹ ਪਲੈਨ ਨਾ ਮੈਂ ਕੈਂਸਲ ਕਰਤਾ ਇੱਕ ਵਾਰੀ, ਕਾਹਤੋਂ ਕੀਤਾ ਉਹ ਚਲੋ ਤੁਹਾਨੂੰ ਮੈਂ ਸ਼ਾਮ ਨੂੰ ਦੱਸਾਂਗਾ ਜਦੋਂ ਆਹ ਟਰੈਕਟਰ ਆਪਾਂ ਬਾਹਰ ਲੈ ਕੇ ਚੱਲਾਂਗੇ। ਠੀਕ ਹੈ, ਬਾਹਰ ਇਹਦੇ ਨਾਲ ਟੈਸਟਿੰਗ ਕਰਾਂਗੇ ਸੁਪਰ ਸੀਡਰ 'ਤੇ। ਅਤੇ ਉਸ ਦੇ ਨਾਲ ਆਹ ਦੇਖੋ ਇੱਕ ਨਵਾਂ ਪ੍ਰੋਜੈਕਟ ਦਿਮਾਗ 'ਚ ਆਈਡੀਆ ਆਇਆ ਸੀਗਾ, ਮੈਂ ਕਿਹਾ ਵੀ ਚਲੋ ਉਹਦੇ 'ਤੇ ਕੰਮ ਕਰਦੇ ਹਾਂ ਆਪਾਂ। ਆਹ ਦੇਖੋ, ਵੈਸੇ ਤਾਂ ਪ੍ਰੋਜੈਕਟ ਹਜੇ ਤਿਆਰ ਨਹੀਂ ਹੁੰਦਾ, ਤਿਆਰ ਮਤਲਬ ਵੀ ਹਜੇ ਇਹਦੇ 'ਤੇ ਕੰਮ ਸ਼ੁਰੂ ਕਰਨਾ ਨਹੀਂ ਆਪਾਂ ਪ੍ਰਿੰਟ ਵਾਲਾ, ਮੌਕੇ 'ਤੇ ਬਸ ਆਹ 3D ਡਿਜ਼ਾਇਨ ਮੈਨੂੰ ਔਨਲਾਈਨ ਲੱਭਿਆ ਸੀਗਾ, ਅਤੇ ਔਨਲਾਈਨ ਲੱਭਣ ਦਿਆ ਸੀ, ਮੈਂ ਕਿਹਾ ਵੀ 2-door ਥਾਰ ਵਰਗਾ ਕੋਈ ਡਿਜ਼ਾਇਨ ਮਿਲ ਜੇ, ਅਤੇ ਕਾਫੀ ਹੱਦ ਤੱਕ ਨਾ ਥਾਰ ਨਾਲ ਮੈਚ ਕਰਦਾ ਹੈ। ਠੀਕ ਹੈ, ਅਤੇ ਸਾਈਜ਼ ਵੀ ਮੈਂ ਦੇਖਣ ਦਿਆ ਸੀ, ਆਹ ਦੇਖੋ ਟਰੈਕਟਰ ਆਪਣਾ ਸਵਰਾਜ, ਆਪਣੇ ਕਲੈਕਸ਼ਨ ਦਾ ਸਭ ਨਾਲੋਂ ਵੱਡਾ ਸਾਈਜ਼ 'ਚ ਟਰੈਕਟਰ। ਅਤੇ ਮੈਂ ਸੋਚਿਆ ਸੀਗਾ ਕਿ ਟਰੈਕਟਰ ਦੇ ਸਾਈਜ਼ ਦੇ ਹਿਸਾਬ ਨਾਲ ਹੀ ਜਿਹੜੀ ਥਾਰ ਬਣਾਉਣੀ ਨਾ, ਵੀ ਉਹਦਾ ਸਾਈਜ਼ ਆਪਾਂ ਰੱਖਾਂਗੇ, ਵੇਖਣ ਨੂੰ ਬਾਹਲੀ ਵੱਡੀ ਨਾ ਲੱਗੇ, ਬਾਹਲੀ ਛੋਟੀ ਵੀ ਨਾ ਲੱਗੇ। ਅਤੇ ਆਹ ਇੱਥੋਂ ਮੈਨੂੰ ਡਿਜ਼ਾਇਨ ਬਿਲਕੁਲ ਸਹੀ ਲੱਗਣ ਦਿਆ, ਆਹ ਦੇਖੋ ਇੱਦਾਂ ਦੀ ਲੁੱਕ ਆਊਗੀ ਥਾਰ ਦੀ। ਠੀਕ ਹੈ, ਗ੍ਰਿਲ ਵਗੈਰਾ ਲੱਗਣੀ ਹਜੇ, ਇੱਥੇ ਮੈਂ ਤੁਹਾਨੂੰ ਓਰੀਜਨਲ ਲੁੱਕ ਵਿਖਾਉਂਦਾ, ਆਹ ਦੇਖੋ ਆਹ ਓਰੀਜਨਲ ਲੁੱਕ ਇੱਦਾਂ ਦੀ ਬਣੂਗੀ। ਟਾਇਰ 'ਤੇ ਆਪਾਂ ਚਲੋ ਚੇਂਜ ਕਰ ਲਾਂਗੇ। ਠੀਕ ਹੈ, ਅਤੇ ਇਹਦੇ ਵਿੱਚ ਆਪਾਂ ਜ਼ਿਆਦਾ ਕੋਈ ਮੱਥਾ ਨਹੀਂ ਮਾਰਨਾ, ਮੇਨ ਆਪਾਂ ਬਸ ਆਹ ਬੋਡੀ ਇਹਦੀ ਤਿਆਰ ਕਰਨੀ, ਪ੍ਰਿੰਟ ਕਰਨੀ ਹੈ। ਲਗਭਗ ਇੱਕ ਦਿਨ ਲੱਗੂਗਾ ਜੇ ਮੈਂ ਪੂਰੀ ਬੋਡੀ ਪ੍ਰਿੰਟ ਕਰਦਾ ਨਾ, ਸਾਰੀ ਬੋਡੀ ਪ੍ਰਿੰਟ ਹੋਣ 'ਚ ਪੂਰਾ ਇੱਕ ਦਿਨ ਲੱਗ ਜੂ, ਯਾਨੀ 24 ਘੰਟੇ ਲੱਗ ਜਾਣਗੇ ਆਰਾਮ ਨਾਲ ਪ੍ਰਿੰਟ ਹੋਣ 'ਚ। ਆਹ ਇੱਥੇ ਮੈਂ ਦੇਖਣ ਵੀ ਦਿਆ ਸੀ ਜੀ ਕੋਡ ਕਰਕੇ ਵੀ ਕਿੰਨਾ ਕੁ ਟਾਈਮ ਲੱਗਦਾ। ਆਹ ਹੁਣ ਤਾਂ ਮੈਨੂੰ ਲੱਗਦਾ ਸਲਾਈਸ ਇੱਥੇ ਉਹ ਹੈਗੀ ਨਹੀਂ ਹੈਗੀ, ਆਹ ਦੇਖੋ 1 ਦਿਨ ਅਤੇ 51 ਮਿੰਟ। ਠੀਕ ਹੈ, ਇੰਨਾ ਟਾਈਮ ਲੱਗੂਗਾ ਜੇ ਮੈਂ ਇੱਦਾਂ ਹੀ ਪੂਰੀ ਦੀ ਪੂਰੀ ਬੋਡੀ ਜਿਹੜੀ ਉਹ ਪ੍ਰਿੰਟ ਕਰ ਦੇਣਾ ਇੱਦਾਂ ਰੱਖ ਕੇ ਪ੍ਰਿੰਟਰ ਦੇ ਉੱਤੇ। ਪਰ ਆਪਾਂ ਇੱਦਾਂ ਨਹੀਂ ਕਰਨੀ, ਆਪਾਂ ਇਕੱਲਾ ਇਕੱਲਾ ਪਾਰਟ ਇਹਦਾ ਅੱਡ ਕਰਕੇ ਪ੍ਰਿੰਟ ਕਰਾਂਗੇ, ਕਿਉਂਕਿ ਆਪਾਂ ਨੂੰ ਫੁੱਲ ਹਾਈ ਕੁਆਲਿਟੀ ਚਾਹੀਦੀ ਹੈ। ਥਾਰ 'ਤੇ ਮੈਂ ਕੰਮ ਇਸ ਕਰਕੇ ਸ਼ੁਰੂ ਕੀਤਾ ਸੀਗਾ ਕਿਉਂਕਿ ਨਾ ਆਪਣੇ ਕੋਲ ਆਹ ਦੇਖੋ ਆ ਜੀਪ ਖੜ੍ਹੀ ਹੋਈ ਹੈ ਇੱਥੇ, ਅਤੇ ਜੀਪ ਦਾ ਜਿਹੜਾ ਸਾਈਜ਼ ਹੈ ਇਹ ਬਹੁਤ ਹੀ ਜ਼ਿਆਦਾ ਓਵਰ ਹੈ ਜੇ ਆਪਾਂ ਕੰਪੇਅਰ ਕਰੀਏ ਆਪਣੇ ਟਰੈਕਟਰਾਂ ਦੇ ਨਾਲ। ਅਤੇ ਆਹ ਦੇਖੋ ਜੀਪ ਜਿਹੜੀ ਆ ਟਰੈਕਟਰ ਦੀ ਸ਼ੋਅ ਤੋਂ ਵੀ ਉੱਤੇ ਜਾਣ ਰਹੀ ਹੈ, ਸਾਈਜ਼ 'ਚ ਇੰਨੀ ਵੱਡੀ ਹੈ। ਅਤੇ ਮੈਂ ਚਾਹੁੰਦਾ ਕਿ ਇੱਕ ਗੱਡੀ ਹੋਵੇ ਇੱਦਾਂ ਦੀ ਜਿਹੜੀ ਟਰੈਕਟਰਾਂ ਦੇ ਕੋਲ ਖੜ੍ਹੀ ਵੀ ਸੋਹਣੀ ਲੱਗੇ, ਅਤੇ ਕੱਲ੍ਹ ਨੂੰ ਜੇ ਤਵੀਆਂ ਵੀ ਪਾਉਣੀਆਂ ਪੈ ਜਾਣ ਜਾਂ ਕੋਈ ਇੰਪਲੀਮੈਂਟ ਵੀ ਖਿਚਾਉਣਾ ਪੈ ਜਾਵੇ ਅਤੇ ਜ਼ੋਰ ਵੀ ਪੂਰਾ ਹੋਵੇ। ਜ਼ੋਰ ਵਾਲਾ ਤਾਂ ਕੋਈ ਕਮੀ ਨਹੀਂ ਗਈ ਇਹਦੇ ਵਿੱਚ ਜੀਪ 'ਚ, ਪਹਿਲਾਂ ਵੀਡੀਓ ਮੈਂ ਬਣਾਈਆਂ ਹੋਈਆਂ ਤੁਸੀਂ ਦੇਖ ਲਿਓ। ਅਤੇ ਡਿਫਰੈਂਸ਼ਲ ਵਗੈਰਾ ਵੀ ਜਮ੍ਹਾਂ ਓਕੇ ਆ, 4-wheel ਡਰਾਈਵ ਹੈ, ਸਭ ਐਂ ਓਕੇ ਦੀ ਰਿਪੋਰਟ ਹੈ। ਬਸ ਇਹਦੀ ਸ਼ੋਅ ਤੋਂ ਮਾਰ ਪੈਂਦੀ ਇਹਨੂੰ, ਸ਼ੋ ਐਡੀ ਸੋਹਣੀ ਨੀਗੀ। ਅਤੇ ਹੁਣ ਬਸ ਨਾ ਇਸ ਚੈਸੀ ਵਾਸਤੇ ਉਹ ਥਾਰ ਵਾਲੀ ਬੋਡੀ ਆਪਾਂ ਪ੍ਰਿੰਟ ਕਰਨੀ ਹੈ, ਅਤੇ ਚੈਸੀ ਦੀ ਮੋਡੀਫਿਕੇਸ਼ਨ ਨਾ ਫਿਰ ਉਸ ਤੋਂ ਬਾਅਦ ਕਰਾਂਗੇ ਆਪਾਂ, ਵੀ ਚੈਸੀ ਛੋਟੀ ਕਰਨੀ ਵੱਡੀ ਕਰਨੀ ਕਿਵੇਂ ਕਰਨਾ, ਟਾਇਰ ਚੇਂਜ ਕਰਨੇ ਆ, ਥਾਰ ਨੂੰ ਆਹ ਟਾਇਰ 'ਤੇ ਪਾਉਣਾ, ਉਹਦੇ ਟਾਇਰ 'ਤੇ ਚਲੋ ਚੇਂਜ ਹੀ ਹੋਣਗੇ, ਬਾਕੀ ਚਲੋ ਅੱਗੇ ਦੀਆਂ ਗੱਲਾਂ ਨੇ ਉਹ ਅੱਗੇ ਦੇਖਾਂਗੇ। ਫਿਲਹਾਲ ਤਾਂ ਇਹਨੂੰ ਜਿੱਥੋਂ ਕੱਢਿਆ ਉੱਥੇ ਹੀ ਵਾਪਸ ਰੱਖ ਦਈਏ। ਠੀਕ ਹੈ, ਲਓ ਵੀ ਮੁੰਡਿਓ ਆ ਗਏ ਆਪਾਂ ਆਪਣੇ ਬਾਹਰਲੇ ਸੈਟਅਪ 'ਚ, ਅਤੇ ਆਹ ਦੇਖ ਲਓ ਸੈਟਅਪ। ਅਤੇ ਆਹ ਇੱਕ ਰੀਜ਼ਨ ਹੈ ਜਿਹਦੇ ਕਰਕੇ ਆਪਾਂ ਅੱਜ ਵੀਡੀਓ ਸ਼ੂਟ ਨਹੀਂ ਕਰਨ ਦਾ। ਦੂਜਾ ਰੀਜ਼ਨ ਹੈ ਥੋੜ੍ਹੀ ਜਿਹੀ ਹਵਾ ਵਗਣ ਦਈ ਹੈ, ਅਤੇ ਮੌਸਮ ਵੀ ਠੰਡਾ ਅਤੇ ਹਵਾ ਵੀ ਵਗਣ ਦਈ ਹੈ, ਇਸ ਕਰਕੇ ਮੈਂ ਸ਼ੂਟਿੰਗ ਵਾਲਾ ਪਲੈਨ ਤਾਂ ਕਰਤਾ ਕੈਂਸਲ। ਮੈਂ ਕਿਹਾ ਚੱਲ ਟੈਸਟਿੰਗ ਵਗੈਰਾ ਕਰਦੇ ਹਾਂ, ਅਤੇ ਨਾਲੇ ਜਿਹੜੀ ਮਿੱਟੀ ਨਾ ਬਹੁਤ ਜ਼ਿਆਦਾ ਸੁੱਕੀ ਪਈ ਸੀਗੀ, ਅਤੇ ਆਪਾਂ ਪਹਿਲਾਂ ਵੀ ਜੌਨ ਡੀਅਰ ਚਲਾਇਆ ਹੀ ਸੀਗਾ, ਉਹ ਕੋਈ ਢੰਗ ਤਰ੍ਹਾਂ ਚੱਲਿਆ ਨਹੀਂ, ਅਤੇ ਮਿੱਟੀ ਥੋੜ੍ਹੀ ਜਿਹੀ ਸੈੱਟ ਵੀ ਕਰਨੀ ਸੀਗੀ, ਇਸ ਕਰਕੇ ਮੈਂ ਐਡਜਸਟ ਕਰਕੇ, ਐਡਜਸਟ ਮਤਲਬ ਵੀ ਜ਼ਿਆਦਾ ਕੋਈ ਛੇੜਿਆ ਨਹੀਂ ਹੈ ਮੈਂ, ਬਸ ਜਿਵੇਂ ਦੀ ਮਿੱਟੀ ਸੀ ਉਹਦੇ 'ਤੇ ਪਾਣੀ ਪਾਤਾ। ਹੁਣ ਇੱਕ ਵਾਰੀ ਆਪਾਂ ਸੁਪਰ ਸੀਡਰ ਚਲਾ ਕੇ ਦੇਖ ਲੈਂਦੇ ਹਾਂ ਬਸ। ਠੀਕ ਹੈ, ਜਿਹੜੀ ਟੈਸਟਿੰਗ ਕਰਨੀ ਆਪਣੇ ਜੌਨ ਡੀਅਰ ਨਾਲ, ਇੱਕ ਤਾਂ ਚਲੋ ਪੈਲੀ ਗਿੱਲੀ ਹੈ ਅਤੇ ਜੌਨ ਡੀਅਰ ਦੇ ਵਿੱਚ ਵੀ ਨਹੀਂ ਫਸਦੀ, ਨਾਲੇ ਜੌਨ ਡੀਅਰ ਦੀ ਪਰਫੋਰਮੈਂਸ ਆਪਾਂ ਨੂੰ ਪਤਾ ਲੱਗ ਜੂਗੀ। ਠੀਕ ਹੈ, ਕੀ ਬਣਦਾ। ਆ ਗਿਆ ਜੌਨ ਡੀਅਰ ਦਾ ਟਾਈਮ,
ਲੈ ਚਲੀਏ ਇਹਨੂੰ ਆਪਾਂ ਬਾਹਰ, ਠੀਕ ਹੈ। ਇਹਦਾ ਰਿਮੋਟ ਆ ਰਿਹਾ, ਕਰ ਲਈਏ ਸ਼ੂਟ ਜਿਹੜੀ ਕਰਨੀ ਹੈ, ਕਿਉਂਕਿ ਨਿਊ ਹੋਲੈਂਡ ਡਿੱਕਣ ਦਿਆ ਵੀ ਛੇਤੀ ਮੇਰਾ ਰਿਮੋਟ ਮੈਨੂੰ ਦਿਓ ਅਤੇ ਮੈਂ ਜਲਵਾ ਵਿਖਾਵਾਂ। ਅਤੇ ਆਹ ਦੇਖੋ ਸਵਰਾਜ ਦਾ ਰੈੱਡ ਮੋਡ ਆਉਣ ਹੈ, ਆਪਾਂ ਵੇਟ ਪਾਇਆ ਅੱਗੇ ਟਰੈਕਟਰ ਦੇ, ਪਰ ਫਿਰ ਵੀ ਹਾਲਾਤ ਦੇਖੋ ਟਰੈਕਟਰ ਦੇ ਕਿਵੇਂ ਦੇਣੇ। ਚਲੋ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ, ਇਸ ਤੋਂ ਪਹਿਲਾਂ ਕਿ ਬੈਟਰੀ ਡਾਊਨ ਹੋ ਜੇ ਆਪਾਂ ਸੁਪਰ ਹੀਟਰ ਦੀ ਟੈਸਟਿੰਗ ਕਰਦੇ ਹਾਂ, ਠੀਕ ਹੈ। ਪਾਵਰ ਆਨ, ਇੱਕ ਵਾਰੀ ਇੱਦਾਂ ਟੈਸਟਿੰਗ ਕਰ ਲਈਏ, ਬਾਅਦ ਚੋਂ ਰੀਲ ਵਗੈਰਾ ਸ਼ੂਟ ਕਰਾਂਗੇ। ਪਹਿਲਾਂ ਤਾਂ ਕਰੀਏ ਪਾਵਰ ਔਫ, ਅਤੇ ਹੁਣ ਚੈੱਕ ਕਰੋ ਤੁਸੀਂ ਰਿਜ਼ਲਟ ਆਪਣੇ ਸੁਪਰ ਸੀਡਰ ਦਾ। ਇੱਥੇ ਉੱਛਲ ਪਿਆ ਸੀਗਾ ਕਿਉਂਕਿ ਆਹਣਾ ਦੂਜੀ ਮਿੱਟੀ ਹੈ, ਜਿਹੜੀ ਲਾਲ ਮਿੱਟੀ ਨਹੀਂ ਹੁੰਦੀ ਪੱਕੀ, ਜਿਹੜੀ ਹੱਥਾਂ ਨਾਲ ਨਹੀਂ ਟੁੱਟਣ ਦੀ, ਸੁਪਰ ਸੀਡਰ ਨੇ ਵਿਚਾਰੇ ਨੇ ਕੀ ਭੋਰਨੀ ਹੈ। ਆਹ ਦੇਖੋ ਇਹਦਾ ਬਾਲਾ ਬੁਰਾ ਹਾਲ ਹੈ, ਇਹਨੂੰ ਕੱਢਣਾ ਪੈਣਾ ਪੈਲੀ 'ਚੋਂ, ਠੀਕ ਹੈ। ਜਿੱਥੇ ਜਿੱਥੇ ਵੀ ਐਵੇਂ ਦੇ ਡਲੇ ਆ ਜਾਣ ਉੱਥੇ ਕੰਮ ਖਰਾਬ ਹੋਇਆ, ਬਾਕੀ ਤੁਹਾਡੇ ਸਾਹਮਣੇ ਆ ਪਰਫੋਰਮੈਂਸ। ਫਿਲਹਾਲ ਹੁਣ ਆਪਾਂ ਰੀਲ ਸ਼ੂਟ ਕਰ ਲਈਏ, ਨਾਲ ਇੱਕ ਸ਼ੋਰਟ ਵੀਡੀਓ ਸ਼ੂਟ ਕਰ ਲਈਏ, ਠੀਕ ਹੈ। ਉਹ ਤੋਂ ਬਾਅਦ ਫਿਰ ਦੇਖਾਂਗੇ ਜੇ ਬੈਟਰੀ ਬਚੀ, ਪਾਵਰ ਬਚੀ ਸੁਪਰ ਸੀਡਰ 'ਚ ਅਤੇ ਟਰੈਕਟਰ 'ਚ, ਅਤੇ ਹੋਰ ਥੋੜ੍ਹੀ ਜਿਹੀ ਟੈਸਟਿੰਗ ਕਰ ਲਾਂਗੇ। ਲਓ ਵੀ ਮੁੰਡਿਓ, ਇੱਕ ਰੀਲ ਸ਼ੂਟ ਕਰ ਲਈ ਹੈ, ਇੱਕ ਸ਼ੋਰਟ ਵੀਡੀਓ ਵੀ ਸ਼ੂਟ ਕਰ ਲਈ ਹੈ, ਅਤੇ ਪਰ ਆਪਾਂ ਨੂੰ ਨਾ ਇਹਦਾ ਕੋਈ ਹੱਲ ਕਰਨਾ ਪੈਣਾ ਇਸ ਚੀਜ਼ ਦਾ ਵਿੰਦਾ, ਕਿਉਂਕਿ ਇਹਨਾਂ ਦੇ ਨਾਲ ਨਾ ਸਹੀ ਕੰਮ ਚੱਲਣਾ ਨਹੀਂ। ਬਾਕੀ ਚਲੋ ਦੇਖਦੇ ਹਾਂ, ਹਜੇ ਹੱਲਾਂ ਵੱਜਣੀਆਂ ਤਵੀਆਂ ਸੁਹਾਗਾ, ਜੇ ਤਾਂ ਪੱਥਰ ਜੇ ਉੱਤੇ ਆ ਗਏ ਤਾਂ ਫਿਰ ਇਹਨਾਂ ਨੂੰ ਕੱਢ ਲਾਂਗੇ, ਇੰਨੀ ਤਾਂ ਨਾ ਮਿੱਟੀ ਛਾਨਣੀ ਪੈਣੀ ਆਪਾਂ ਨੂੰ। ਆ ਪੱਥਰ ਤੰਗ ਕਰਨਗੇ ਸੁਪਰ ਸੀਡਰ ਨੂੰ ਬਹੁਤ ਜ਼ਿਆਦਾ। ਇਹ ਸ਼ੋਰਟ ਵੀਡੀਓ ਵੈਸੇ ਮੈਂ ਅਪਲੋਡ ਕਰਤੀ ਹੋਊਗੀ, ਤੁਸੀਂ ਉਹਦੇ 'ਚ ਦੇਖ ਲਿਓ, ਸੁਪਰ ਸੀਡਰ ਨਾਲ ਉੱਛਲਦਾ ਬਹੁਤ ਜ਼ਿਆਦਾ ਸੀਗਾ ਇਹਨਾਂ ਪੱਥਰਾਂ ਕਰਕੇ, ਸਫਾਈ ਜਮ੍ਹਾਂ ਓਕੇ ਆ ਵੈਸੇ, ਅਤੇ ਜਮ੍ਹਾਂ ਓਕੇ ਦੀ ਰਿਪੋਰਟ ਆ, ਬਸ ਜੇ ਪੱਥਰ ਨਾ ਤੰਗ ਕਰਨ ਫਿਰ ਤਾਂ ਮੈਂ ਕਹਿੰਦਾ ਕਿਆ ਬਾਤਾਂ ਨੇ, ਫਿਰ ਇਹਦੀ ਕੋਈ ਰੀਸ ਨਹੀਂ ਗੀ। ਬਾਕੀ ਜੌਂਡੀਅਰ ਵੀ ਮੇਰੇ ਹਿਸਾਬ ਨਾਲ ਇੱਥੇ ਸਿਰਾ ਚੱਲੂਗਾ, ਠੀਕ ਹੈ, ਗਿੱਲੀ ਮਿੱਟੀ 'ਚ। ਰੇਤਾ 'ਚ ਚਲਾਉਣ ਤੋਂ ਮੈਂ ਥੋੜ੍ਹਾ ਜਿਹਾ ਡਰਦਾ ਕਿਉਂਕਿ ਰੇਤਾ ਇਹਦੇ ਵਿੱਚ ਫਸ ਜਾਂਦੀ ਹੈ ਇਸ ਜਗ੍ਹਾ 'ਤੇ, ਪਰ ਆਹ ਜਿਹੜੀ ਗਿੱਲੀ ਮਿੱਟੀ ਹੈ ਨਾ ਇਹ ਇੰਨੀ ਜ਼ਿਆਦਾ ਇਹਦੇ ਵਿੱਚ ਜਾਂਦੀ ਨਹੀਂ ਗੀ, ਅਤੇ ਮੇਰੇ ਹਿਸਾਬ ਨਾਲ ਤਾਂ ਟਰੈਕਟਰ ਸਿਰਾ ਕਰਾਊਗਾ ਆਉਣ ਵਾਲੇ ਟਾਈਮ 'ਚ ਨਾ। ਇੰਪਲੀਮੈਂਟਾਂ 'ਤੇ ਵੀ ਚਲਾ ਕੇ ਦੇਖਦੇ ਹਾਂ, ਦੂਜੇ ਇੰਪਲੀਮੈਂਟਾਂ 'ਤੇ ਜਿਵੇਂ ਪਲਾਓ ਹੋ ਗਿਆ, ਅਤੇ ਇੱਕ ਨਿੱਕੀ ਜਿਹੀ ਟੈਸਟਿੰਗ ਹੋਰ ਕਰ ਲੈਂਦੇ ਹਾਂ। ਚਲੋ ਆਪਾਂ ਅੰਦਰ ਜਾਣ ਤੋਂ ਪਹਿਲਾਂ, ਇੰਨਾ ਵੇਟ ਰੱਖਿਆ ਫਿਰ ਵੀ ਮੂੰਹ ਚੱਕ ਜਾਂਦਾ ਅੱਗੋਂ। ਬੈਕਅਪ ਬਹੁਤ ਵਧੀਆ ਜਿਹੜੀ ਇਹਦੇ ਬੈਟਰੀ ਹੈ ਨਾ, ਉਹਦਾ ਬੈਕਅਪ ਬਹੁਤ ਵਧੀਆ, ਅਤੇ ਬੈਕਅਪ ਜਿਹੜੀ ਜੌਂਡੀਅਰ 'ਚ ਬੈਟਰੀ ਉਹਦਾ ਵੀ ਵੈਸੇ ਠੀਕ ਹੈ। ਚਲੋ ਬਈ ਸੁਪਰ ਹੀਟਰ ਪੂਰਾ ਥੱਲੇ ਸੁੱਟਤਾ, ਆਹ ਜਿਹੜੇ ਤਵੇ ਨੇ ਨਾ ਇਹਨਾਂ ਕਰਕੇ ਜ਼ਿਆਦਾ ਨਹੀਂ ਥੱਲੇ ਜਾਂਦਾ ਹੈ। ਅੱਜ ਦਾ ਮੇਨ ਕੰਮ ਹੋ ਗਿਆ। ਚਲ ਵੀ ਜੌਂਡੀਅਰ ਫੁੱਲ ਕਾਲਾ ਅੰਦਰ ਜਾਣ ਲਈ, ਬਾਕੀ ਚੀਜ਼ ਸਿਰਾ।
ਆਹ ਦੇਖੋ ਇਸ ਚੀਜ਼ ਤੋਂ ਮੈਂ ਡਰਦਾ ਥੋੜ੍ਹਾ ਹੈ, ਜਦੋਂ ਇੱਦਾਂ ਘੁਮਾਉਂਦੇ ਹਾਂ ਨਾ ਆਪਾਂ, ਆਹ ਦੇਖੋ ਮਿੱਟੀ ਪੱਟੇ 'ਤੇ ਚੜ ਗਈ, ਠੀਕ ਹੈ, ਅਤੇ ਉਹ ਮਿੱਟੀ ਹੁਣ ਆਹ ਦੇਖੋ ਇਹਦੇ ਨਾਲ ਲੱਗ ਗਈ ਅੰਦਰ, ਉਦੋਂ ਫਿਰ ਇਹ ਟਾਇਟ ਹੋ ਜਾਂਦਾ ਪੂਰਾ, ਇਸ ਚੀਜ਼ ਤੋਂ ਮਾਰ ਪੈਂਦੀ ਇਹਨੂੰ ਘੁਮਾਉਣ ਲੱਗਿਆਂ, ਥੋੜ੍ਹਾ ਵੇਖਣਾ ਪੈਂਦਾ ਇਹਦਾ ਵੀ। ਵੈਸੇ ਮੈਂ ਇੱਕ ਹੱਲ ਸੋਚਿਆ, ਪਰ ਉਹਦੇ 'ਤੇ ਮੱਥਾ ਬਹੁਤ ਮਾਰਨਾ ਪਊ, ਮੈਂ ਤਾਂ ਨਹੀਂ ਕਰਨ ਦਿਆ ਉਹ ਹੱਲ, ਬਾਕੀ ਚਲੋ ਦੇਖ ਲਾਂਗੇ, ਕੋਈ ਚੱਕਰ ਨਹੀਂ ਗਾ, ਫਿਲਹਾਲ ਜਿਵੇਂ ਚੱਲਣ ਦਿਆ ਐਵੇਂ ਚਲਾਵਾਂਗੇ ਇਹਨੂੰ। ਅੱਲਾ ਵੀ ਮੁੰਡਿਓ, ਸੀਨ ਕੁਛ ਇੱਦਾਂ ਕਿ ਆਹ ਦੇਖੋ ਮੈਂ ਕਿਹਾ ਜਗਾੜ ਬਣਾਇਆ ਅਤੇ ਇਹਦਾ ਯੂਜ਼ ਵੀ ਕਰ ਲਈਏ ਮਾੜਾ ਮੋਟਾ, ਅਤੇ ਆਹ ਇੱਕ ਕੰਮ ਕੀਤਾ ਮੈਂ, ਹੰਡਰਡ ਪਰਸੈਂਟ ਤਾਂ ਨਹੀਂ ਮੈਂ ਕਹਿੰਦਾ, ਪਰ 95% ਜਿਹੜਾ ਹੋਲ ਹੈ ਉਹ ਬਿਲਕੁਲ ਸੈਂਟਰ 'ਚ ਹੈ ਸ਼ਾਫਟ ਦੇ, ਠੀਕ ਹੈ, ਆਹ ਦੇਖੋ ਬਿਲਕੁਲ ਸੈਂਟਰ 'ਚ ਹੋਲ ਕੀਤਾ, ਕਿਉਂਕਿ ਪਲੈਨ ਕਰ ਰਿਹਾ ਮੈਂ 2-speed ਗੇਅਰ ਬੋਕਸ ਦਾ, ਠੀਕ ਹੈ। ਫਿਲਹਾਲ ਹਜੇ ਵੈਸੇ ਸੋਚਿਆ ਤਾਂ ਨਹੀਂ ਗਾ ਕਿਹੜੇ ਟਰੈਕਟਰ 'ਤੇ ਲਾਉਣਾ, ਪਰ ਨਾ ਹੁਣ ਛੇਤੀ ਹੋਈ 2-speed ਗੇਅਰ ਬੋਕਸ ਆਪਾਂ ਨੂੰ ਲਿਆਉਣਾ ਪਊਗਾ ਆਪਣੇ ਟਰੈਕਟਰਾਂ ਦੇ ਵਿੱਚ, ਹੁਣ ਜ਼ਰੂਰਤ ਹੈਗੀ ਆ ਅੱਗੇ ਟਰੈਕਟਰਾਂ ਨੂੰ, ਜਿੱਦਾਂ ਕਿ ਹੁਣ ਸੁਪਰ ਸੀਡਰ 'ਤੇ ਆ ਟਰੈਕਟਰ ਦੀ ਸਪੀਡ ਆਪਾਂ ਨੂੰ ਘੱਟ ਚਾਹੀਦੀ ਸੀ ਪਰ ਘੱਟ ਹੋਈ ਨਹੀਂ, ਠੀਕ ਹੈ, ਇਸ ਕਰਕੇ ਇਨ ਫਿਊਚਰ ਹੋ ਸਕਦਾ 2 ਦੀ ਜਗ੍ਹਾ ਮੈਂ 3-speed ਟਰੈਕਟਰ ਵੀ ਤਿਆਰ ਕਰਦਾ। ਬਾਕੀ ਕੰਮ ਚੱਲਣ ਦਿਆ ਇਹਦੇ ਉੱਤੇ, ਹਜੇ ਪਲੈਨ ਕਰਨ ਦਿਆਂ, ਸੋਚਣ ਦਿਆਂ, ਹਜੇ ਦਿਮਾਗ 'ਚ ਹੀ ਚੱਲਣ ਦਿਆ ਕਿ ਕਿੱਦਾਂ ਕਿੱਦਾਂ ਕਿਹੜੇ ਗੇਅਰ ਲਾਉਣੇ ਨੇ, ਕਿਵੇਂ ਤਿਆਰ ਹੋਊਗਾ, ਬਾਕੀ ਆਉਣ ਵਾਲੇ ਟਾਈਮ 'ਚ ਛੇਤੀ ਹੋਈ ਤੁਹਾਨੂੰ ਵੇਖਣ ਨੂੰ ਮਿਲ ਜਾਊਗਾ, ਠੀਕ ਹੈ, ਮਿਲੂਗਾ ਕਿਸੇ ਨਵੇਂ ਟਰੈਕਟਰ 'ਚ ਹੀ, ਅਤੇ ਸਵੇਰੇ ਦੇਖਦੇ ਹਾਂ ਸਵੇਰ ਦਾ ਕੀ ਪਲੈਨ ਹੈ। ਅਤੇ ਬਾਕੀ ਨਾ ਮੈਂ ਸੋਚਣ ਦਿਆ ਵਾਂ ਕਿ ਟਰੈਕਟਰ ਸੇਲ ਵਾਸਤੇ ਮੈਂ ਸ਼ੁਰੂ ਕਰਾਂ, ਠੀਕ ਹੈ, ਰਿਮੋਟ ਕੰਟਰੋਲ ਨਹੀਂ ਕਰਦਾ, ਇੱਕ ਵਾਰੀ ਇਕੱਲੇ ਮਾਡਲ ਕਰਾਂਗਾ, ਅਤੇ ਮੈਂ ਜ਼ਿਆਦਾ ਕੋਈ ਆਪਸ਼ਨ ਨਹੀਂ ਰੱਖਣੇ, ਸਿਰਫ ਇੱਕ ਟਰੈਕਟਰ ਤੋਂ ਹੀ ਸ਼ੁਰੂ ਕਰਨਾ ਹੈ, ਵੀ ਕੋਈ ਇੱਕ ਟਰੈਕਟਰ ਮੈਂ ਤਿਆਰ ਕਰਾਂਗਾ ਕਿ ਕੰਪਲੀਟ ਮੋਡੀਫਾਈ ਕਰਾਂਗਾ, ਠੀਕ ਹੈ, ਕਮੈਂਟ ਕਰਿਓ। ਮੇਰਾ ਪਰਸਨਲੀ ਚੋਇਸ ਮੇਰੀ ਹੈ 69 ਕਿ ਮੈਂ ਪਹਿਲਾਂ ਨਾ 69 ਬਣਾਵਾਂ, ਅਤੇ ਦੇਖਦੇ ਹਾਂ। ਬਾਕੀ ਚਲੋ ਤੁਸੀਂ ਕਮੈਂਟ ਕਰਿਓ ਵੀ ਤੁਹਾਨੂੰ ਕੀ ਲੱਗਦਾ ਵੀ ਪਹਿਲਾਂ ਕਿਹੜਾ ਟਰੈਕਟਰ ਮੈਨੂੰ ਸ਼ੁਰੂ ਕਰਨਾ ਚਾਹੀਦਾ, ਠੀਕ ਹੈ, ਆਪਣੇ ਕੋਲ ਜ਼ਿਆਦਾ ਆਪਸ਼ਨ ਵੈਸੇ ਹੈ ਨਹੀਂ ਗੇ, ਅਤੇ 69 ਮੈਨੂੰ ਬੈਸਟ ਲੱਗਾ, ਜਿਹੜਾ ਹੁਣ ਆਪਾਂ ਤਿਆਰ ਕੀਤਾ ਉਸੇ ਸ਼ੋਅ 'ਚ 69 ਮੋਡੀਫਾਈ ਕਰਾਂਗੇ। ਅਤੇ ਆਹ ਵਲੋਗ ਆਪਣਾ ਇੱਥੋਂ ਤੱਕ ਹੀ ਆ, ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ, ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਅਤੇ ਮਿਲਦੇ ਆਪਾਂ ਸਵੇਰੇ ਨਵੇਂ ਵਲੋਗ 'ਚ। ਬਾਕੀ ਆ ਜੌਂਡੀਅਰ ਵੇਖਣ 'ਚ ਤਾਂ ਸਿਰ ਹੀ ਲੱਗਦਾ ਹੈ ਨਾ, ਬਲੈਕ ਨਾਲੋਂ ਆ ਜੌਂਡੀਅਰ ਕਿਤੇ ਜ਼ਿਆਦਾ ਸੋਹਣਾ ਲੱਗਦਾ, ਪਰ ਨਹੀਂ ਹਜੇ ਨਹੀਂ ਆਪਾਂ ਪਿਘਲਣਾ, ਹਜੇ ਆਪਾਂ ਫਾਰਮ ਟਰੈਕ ਬਣਾਉਣਾ। ਕਿਹਾ ਹੋਇਆ ਪਹਿਲਾ ਟਰੈਕਟਰ ਜਿਹੜਾ ਵੀ ਹੁਣ ਬਣੂਗਾ ਉਹ ਫਾਰਮ ਟਰੈਕ ਹੀ ਬਣੂਗਾ, ਉਦੋਂ ਬਾਅਦ ਫਿਰ ਦੇਖਾਂਗੇ ਜੇ ਜੌਂਡੀਅਰ ਦਾ ਨੰਬਰ ਆਊਗਾ ਤਾਂ, ਠੀਕ ਹੈ।